ਜਾਲ ਵਗੈਰਾ ਲੱਗ ਗਿਆ, ਛਤਰੀ ਵੀ ਲੱਗ ਰਹੀ ਹੈ, ਅਤੇ ਜੋ ਕਬੂਤਰ ਬੈਠਾ ਤੇ ਵੀ ਸਾਹਮਣੇ ਵਾਲੀ ਛੱਤ 'ਤੇ ਬਹਿ ਗਿਆ ਕਿ ਅਤੇ ਆਹ ਕਬੂਤਰ ਬੈਠਾ ਵੀ ਉਹ, ਅਤੇ ਉਹ ਚੜ੍ਹਿਆ ਕਰਦਾ ਵੀ ਉਹ ਦੇਖ ਰਿਹਾ ਹੈਗਾ, ਬੈਠਾ ਹੈ ਉਹ ਬੈਠਾ ਬਈ, ਅਤੇ ਆਹ ਫੜ ਰਿਹਾ ਆਪਣਾ ਕਬੂਤਰ ਬਾਜ਼। ਤਾਂ ਜੀ ਮਿੱਤਰੋ, ਕਿੱਦਾਂ ਸਾਰੇ ਯੂਪ ਸਾਰੇ ਵਧੀਆ ਹੋ, ਤੁਹਾਡੇ ਜਨਮ ਕਿਹਾ ਵਧੀਆ ਹੋਣਗੇ। ਤਾਂ ਅੱਜ ਦੇ ਬਲੌਗ ਦੀ ਕਰਦੇ ਮਿੱਤਰੋ ਸਟਾਰਟਿੰਗ, ਅਤੇ ਹੁਣੇ ਹੁਣੇ ਵੀ ਛੱਤ ਦੇ ਉੱਪਰ ਆਈ ਸੀ, ਛੱਤ ਦੇ ਚੁੱਕ ਨੇ ਸਾਫ਼ ਸਫਾਈ, ਅਤੇ ਜਾਲ ਆਪਾਂ ਨੀਚੇ ਤਾਰ, ਅਤੇ ਅੱਜ ਆਪਾਂ ਛਤਰੀ ਲੈਤੀ ਉੱਪਰ ਮਿੱਤਰੋ, ਅਤੇ ਜਾਲ ਆਪਾਂ ਨੀਚੇ ਲਾਤਾ, ਅਤੇ ਖੁੱਡਾ ਵਗੈਰਾ ਸਾਫ਼ ਕਰਦਾ, ਅੱਜ ਅੰਡੇ ਵਗੈਰਾ ਧਰੇ ਪਏ ਨੇ ਕਬੂਤਰਾਂ ਨੇ, ਅਤੇ ਆਪਾਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਅਤੇ ਚਲੋ ਮਿੱਤਰੋ, ਆਪਣਾ ਖੁੱਡਾ ਵਗੈਰਾ ਦੀ ਸਫਾਈ ਸਫੂਈ ਕਰਦਾ, ਅਤੇ ਕਬੂਤਰ ਵਗੈਰਾ ਵੀ ਜਿੰਨੇ ਵੀ ਆਪਣੇ ਉੱਡਦੇ ਨੇ, ਸੱਤ ਕਬੂਤਰ ਉੱਡਦੇ ਨੇ, ਸੱਤ ਦੇ ਸੱਤ ਕਬੂਤਰ ਉਡਾਵਾਂਗੇ ਅੱਜ। ਅਤੇ ਚਲੋ ਮਿੱਤਰੋ, ਉਦੇ ਵਾਂਗੂ ਮਾਲਾ ਤੁਹਾਡਾ ਭਰਾ ਜਾਦੂ ਤੇ ਬਈ, ਖੁੱਡਾ ਹੋ ਜੂ ਮਿੰਟੋ ਮਿੰਟੀ ਸਾਫ਼, ਅਤੇ ਅੰਡੇ ਵਗੈਰਾ ਸਭ ਬਾਰੀ ਕੱਢਦੇ ਨੇ, ਅਤੇ ਉਹ ਵੀ ਦੇਖ ਲਓ ਵੀਡੀਓ। ਮਾਰਦਾ ਜਾਦੂ ਤੇ ਖੁੱਡਾ ਹੋ ਜੂ ਮਿੱਤਰੋ ਮਿੰਟੋ ਮਿੰਟੀ ਸਾਫ਼, ਤੇ ਲਿਆ ਬਈ ਗੇਟ ਲਗਾ ਕੇ। ਤਾਂ ਗਾਇਸ ਸਕੋਰ ਚੱਕੋ ਮਿੱਤਰੋ, ਹੋ ਗਿਆ ਖੁੱਡਾ ਸਾਫ਼ ਸਫਾਈਆ, ਤੇ ਮਿੱਤਰੋ ਆਂਡੇ ਵਗੈਰਾ ਸਭ ਕਿਤੇ ਰੱਖਤੇ ਆਪਾਂ ਨੇ, ਤੇ ਖੁੱਡਾ ਹੋ ਗਿਆ ਮਿੱਤਰੋ ਕਲੀਨ, ਕਬੂਤਰ ਵਗੈਰਾ ਸਾਰੇ ਫਰਦੇ ਨੇ ਬਾਹਰ। ਅਤੇ ਬਈ ਉਹ ਕਬੂਤਰ 5-6 ਦਿਨ ਹੋ ਗਏ ਮਿੱਤਰੋ ਬੈਠਾ ਉੱਥੇ, ਅਤੇ ਹਾਲੇ ਤੱਕ ਬਈ ਆਇਆ ਹੀ ਨਹੀਂ ਹੈਗਾ ਉਹ, ਅਤੇ ਬਈ ਕੁਛ ਪਤਾ ਨਹੀਂ ਵੀ ਆਵੇ ਜਾਂ ਫਿਰ ਨਾ ਆਵੇ, ਇੱਦਾਂ ਦਾ ਹੋ ਗਿਆ ਕਲੀਨ। ਅਤੇ ਕੋਠੇ ਦੀ ਸਾਫ਼ ਸਫਾਈ, ਅਤੇ ਛੱਤ ਵੀ ਬਹੁਤ ਹੀ ਗੰਦੀ ਜੀ ਹੋ ਰਹੀ ਹੈ, ਅਤੇ ਛੱਤ ਨੂੰ ਵੀ ਕਰਦੇ ਆ, ਅਤੇ ਪੱਠੇ ਉਸ ਤੋਂ ਪਹਿਲਾਂ ਆਪਾਂ ਜਾਲ ਦੇ ਵਿੱਚ ਬੈਠਿਆ ਜੀ, ਅਤੇ ਚਲੋ ਮਿੱਤਰ ਜਾਲ ਦੇ ਵਿੱਚ ਪਹਿਲਾਂ ਪੱਠੇ ਬੈਠਿਆ। ਜਾਲ ਵਗੈਰਾ ਲੱਗ ਗਿਆ, ਛਤਰੀ ਵੀ ਲੱਗ ਰਹੀ ਹੈ, ਅਤੇ ਜੋ ਕਬੂਤਰ ਬੈਠਾ ਤੇ ਵੀ ਸਾਹਮਣੇ ਵਾਲੀ ਛੱਤ 'ਤੇ ਬਹਿ ਗਿਆ ਕਿ, ਅਤੇ ਆਹ ਕਬੂਤਰ ਬੈਠਾ ਵੀ ਉਹ, ਅਤੇ ਉਹ ਚੜ੍ਹਿਆ ਕਰਦਾ ਵੀ ਉਹ ਦੇਖ ਰਿਹਾ ਹੈਗਾ, ਬੈਠਾ ਹੈ ਉਹ ਬੈਠਾ ਬਈ, ਅਤੇ ਆਹ ਫੜ ਰਿਹਾ ਆਪਣਾ ਕਬੂਤਰ ਬਾਜ਼ ਛੱਤ ਬੈਠਾ ਰਹੀ। ਅਤੇ ਦੇਖੀਏ ਵੀ ਤਾਂ ਬਾਈ ਇਹ ਤੋਂ ਕਿੱਥੇ ਫੜਿਆ ਜਾਊਗਾ, ਉਹ ਆਪਾਂ ਹੀ ਫੜਾਂਗੇ ਜੇ ਫੜਿਆ ਜਾਊ। ਅਤੇ ਬਈ ਤਰਾ ਕੇ ਅਤੇ ਜਾਲ ਦੇ ਵਿੱਚ ਪੱਠੇ ਰੱਖ ਦਿਆ ਪਾਉਣ, ਅਤੇ ਚਲੋ ਮਿੱਤਰੋ ਪਹਿਲਾਂ ਜਾਲ ਦੇ ਵਿੱਚ ਪੱਠੇ ਰੱਖ ਦਈਏ, ਜਿੰਨੇ ਤਿੰਨੇ ਤਿੰਨੇ ਪੱਠੇ ਹੁਣ ਵੀ ਉਹ ਰੱਖਣ ਵਾਲੇ ਹੋ ਗਏ ਥੋੜ੍ਹੇ ਥੋੜ੍ਹੇ, ਅਤੇ ਹੁਣ ਆਪਾਂ ਪੱਠੇ ਰੱਖ ਸਕਦਾ ਵੀ ਜਾਲ ਦੇ ਵਿੱਚ, ਅਤੇ ਹੌਲੀ ਹੌਲੀ ਆਪਦੇ ਆਪੇ ਵੱਧ ਜਾਣੇ, ਵੱਧ ਆਪਣੇ ਆਪ ਠੀਕ ਹੋ ਜਾਣੇ ਇਹ, ਅਤੇ ਫੰਗ ਵਗੈਰਾ ਵੀ ਆ ਜਾਣਗੇ। ਅਤੇ ਬਈ ਇੱਕ ਬਾਈ ਦਾ ਕਬੂਤਰ ਭੱਜ ਗਿਆ, ਅਤੇ ਉਹ ਦੇਖਦੇ ਹਾਂ ਬਈ, ਅਤੇ ਆਪਣੇ ਦਾ ਵੀ ਜਵਾਬ ਬੈਠਾ ਹੈਗਾ, ਅਤੇ ਇਹਦਾ ਵੀ ਦੇਖਦੇ ਹਾਂ ਵੀ ਇਹ ਆਉਂਦਾ ਕਿ ਨਹੀਂ ਬਈ। ਅਤੇ ਚਲੋ ਮਿੱਤਰੋ ਪੂਰੀ ਵੀਡੀਓ ਦੇਖੋ ਐਂਡ ਤੱਕ,
ਵੀਡੀਓ ਬੜੀ ਘੈਂਟ ਹੋਊਗੀ ਤਾਂ ਵੀਡੀਓ ਸਪੋਰਟ ਕਰਿਆ ਕਰੋ। ਅਤੇ ਬਈ ਚਲੋ ਦੇਖਦੇ ਹਾਂ ਵੀ ਕਬੂਤਰ ਫੜਿਆ ਜਾਂਦਾ ਕਿ ਨਹੀਂ। ਅਤੇ ਤਾਂ ਬਈ ਉੜ ਗਿਆ, ਪਤਾ ਨਹੀਂ ਲੱਗਿਆ ਇੱਧਰ ਨੂੰ, ਅਤੇ ਆ ਗਿਆ ਸਾਇਆ ਅਤੇ ਕਬੂਤਰ ਫੜਨ 'ਤੇ ਫੜਿਆ ਗਿਆ ਨਹੀਂ ਗਾ, ਵੀ ਉੜ ਗਿਆ ਉਹ ਦੇਖ ਕੇ ਪਤਾ ਨਹੀਂ ਇਹਨੂੰ। ਅਤੇ ਚਲੋ ਮਿੱਤਰੋ ਜਾਲ 'ਚ ਰੱਖੀਏ ਪੱਠੇ। ਅੱਜ ਪੱਠੇ ਵੀ ਲਾਤੇ ਆਪਾਂ ਨੇ ਜਾਲ ਦੇ ਵਿੱਚ, ਕਬੂਤਰਾਂ ਤੁਹਾਨੂੰ ਵਧੀਆ ਵੀ ਪੱਠਾ ਦੇ ਇੱਕ ਇਹਦੇ ਵਿੱਚ ਆਪਣਾ ਇਹ ਦੂਸਰਾ ਪੱਠਾ ਵੀ ਇਹਦੇ ਵਿੱਚ ਗਿਆ ਵੀ ਆ। ਸਿੱਧੀ ਲੰਘ ਗਿਆ, ਹੋ ਜਾ ਰਿਹਾ ਆ ਬਹਿ ਗਿਆ ਜੀ ਗਾਈਸ, ਕਬੂਤਰ ਬੈਠ ਰਿਹਾ ਹੇਠਾਂ ਬੈਠੂ ਮੈਨੂੰ ਲੱਗਦਾ। ਟੈਂਕੀ ਤੇ ਗਿੱਜ ਗਿਆ ਗਾਈਸ, ਟੈਂਕੀ ਤੇ ਬਹਿ ਗਿਆ ਪੁੱਤਰ। ਤੇ ਹੁਣ ਬਾਈ ਇਹ ਆਪਣੇ ਲਈ ਆਊਗਾ, ਅਸੀਂ ਤੁਹਾਨੂੰ ਪੱਕਾ ਪਤਾ ਗਾ। ਅਤੇ ਉਸ ਤੋਂ ਪਹਿਲਾਂ ਆਪਾਂ ਖੁੱਡੀ ਵੀ ਕਰਕੇ ਸਾਰੇ ਕਬੂਤਰ ਵਾੜ ਕੇ ਹੁਣ ਅੰਦਰ ਜੋ ਖਿੱਚਾ ਹੋਊਗਾ ਆਪਣਾ ਕਲੀਨ, ਛੱਤ ਵੀ ਕਰਨੀ ਪਏਗੀ ਸਫਾਈ ਦੀ। ਅਤੇ ਆਪਾਂ ਛੱਤ ਦੇ ਉਹਦੇ ਵੀ ਨਹੀਂ ਕਰੀ ਸੀ ਸਫਾਈ, ਅਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਚੀਜ਼ ਉੱਥੇ ਨਾ ਆਪਾਂ ਖੁੱਡੀ ਸਾਫ਼ ਸਫਾਈ ਕਰ ਦਿੰਦੇ ਹਾਂ ਵੀ। ਪੂਰਾ ਮਿੱਤਰੋ ਕਬੂਤਰ ਬੈਠਾ ਪੂਰਾ, ਉਹ ਦੇਖੋ ਮਿੱਤਰੋ ਸਾਹਮਣੇ ਉੱਥੇ ਬੈਠਾ ਹੈਗਾ, ਦੇਖ ਲਓ ਖੜ ਜਮਾ ਦਿਖਾਉਣਾ ਤੁਹਾਨੂੰ ਮਿੱਤਰੋ, ਆਹ ਦੇਖ ਲਓ ਇਹਦੇ ਉੱਤੇ ਬੈਠਾ ਮਿੱਤਰੋ, ਦੇਖ ਲਓ ਸਾਹਮਣੇ। ਅਤੇ ਬਈ ਕਬੂਤਰ ਬੈਠਾ ਸਾਹਮਣੇ ਇੱਕ ਨਵਾਂ ਆਇਆ ਹੋਇਆ ਹੋਰ, ਅਤੇ ਬਈ ਇੱਕ ਕਬੂਤਰ ਆ ਬੈਠਾ, ਕਬੂਤਰ ਆ ਗਏ ਮਿੱਤਰੋ ਅੱਜ, ਅਤੇ ਉਹ ਬੈਠਾ ਇੱਕ ਤਾਂ ਮਿੱਤਰੋ ਲੱਕੇ ਵਗੈਰਾ ਆਪਣੇ ਨਹਾ ਰਹੇ ਨੇ ਦੇਖ ਲਓ, ਅਤੇ ਬਲੈਕ ਨੱਕ ਲੱਕਾ ਦੇਖ ਲਓ ਆਪਣਾ ਨਹਾ ਰਿਹਾ ਹੈਗਾ, ਅਤੇ ਵਾਈਟ ਲੱਕੇ ਵੀ ਨਹਾ ਲਏ ਮਿੱਤਰੋ, ਅਤੇ ਸਾਰੀ ਵੀ ਕਬੂਤਰ ਆਪਣੇ ਲੱਗ ਰਹੇ ਨਹਾਉਣ, ਅਤੇ ਲੱਕੇ ਮਿੱਤਰੋ ਸਾਰੇ ਬੈਠੇ ਨੇ ਉੱਪਰ, ਠੀਕ ਆ, ਅਤੇ ਨਹਾ ਨਹੁ ਰਹੇ ਨੇ, ਨਹਾ ਲੈਣ ਤੋਂ ਕੋਈ ਨਾ ਵੀ। ਅਤੇ ਪਾਣੀ ਵਗੈਰਾ ਆਪਾਂ ਸੁਬਹਾ ਸੁਬਹਾ ਬਦਲਤਾ ਸੀਗਾ, ਅਤੇ ਬਈ ਜਾਲ ਵਗੈਰਾ 'ਚ ਪੱਠੇ ਰੱਖ ਤੇ, ਆਪਾਂ ਦੇਖ ਲਓ ਸਾਹਮਣੇ ਜਾਲ ਦੇ ਵਿੱਚ ਬੈਠੇ ਨੇ ਉਹ, ਅਤੇ ਮਾਂ ਬਾਪ ਵੀ ਹੁੰਦੇ ਆ ਬੈਠੇ ਨੇਗੇ, ਅਤੇ ਉਹ ਕਬੂਤਰ ਵੱਜ ਗਿਆ ਸੀ ਵੀ ਕਬੂਤਰ ਨੂੰ ਫੜਨਾ, ਅਤੇ ਉਹ ਬਹਿ ਗਿਆ ਵੀ ਜਾ ਕੇ ਉਹ ਟੈਂਕੀ ਦੇ ਉੱਪਰ ਹੋਣਾ, ਅਤੇ ਆ ਬੈਠਾ ਬਈ ਇਹ। ਅਤੇ ਤੁਹਾਨੂੰ ਪਤਾ ਹੀ ਜਿਵੇਂ ਕਿ ਬਈ ਕਬੂਤਰ ਇਹ ਫੜੇ ਸ਼ਾਇਦ ਜਾਵੇ, ਅਤੇ ਵੀ ਕਬੂਤਰ ਆ ਕੇ ਆਪਣਾ ਉਹ ਬਹਿ ਗਿਆ ਪਤਾ ਨਹੀਂ ਕਿਹਦਾ ਬੈਠਾ ਉਹ। ਅਤੇ ਚਲੋ ਬਈ ਕੋਈ ਗੱਲ ਨਹੀਂ, ਤਾਂ ਨਹਾਉਣ ਦੇ ਅਤੇ ਉਸ ਤੋਂ ਬਾਅਦ ਦੇਖਦੇ ਹਾਂ ਬਈ ਮਿੱਤਰੋ ਵੀ ਉਹ ਫੜਿਆ ਜਾਂਦਾ ਕਿ ਨਹੀਂ। ਅਤੇ ਆਪਾਂ ਪਹਿਲਾਂ ਸਫਾ ਛੱਤ ਦੀ ਸਾਫ਼ ਸਫਾਈ ਕਰ ਦਈਏ, ਕਿਉਂਕਿ ਛੱਤ ਆਪਣੀ ਬਾਹਲੀ ਜ਼ਿਆਦਾ ਗੰਦੀ ਹੋ ਚੁੱਕੀ ਆ, ਅਤੇ ਇਹਨਾਂ ਨੂੰ ਵੀ ਸਾਫ਼ ਕਰਨੀ ਪੈਣੀ ਆ ਬਈ। ਅਤੇ ਆਪਣੇ ਕਬੂਤਰ ਵਗੈਰਾ ਅੱਜ ਨਹਾ ਰਹੇ ਨੇ ਸਾਰੇ, ਅਤੇ ਚਲੋ ਬਾਈ ਕੋਈ ਗੱਲ ਨਹੀਂ ਨਹਾ ਲੈਣ ਦਿਓ। ਕਬੂਤਰ ਵਗੈਰਾ ਹੀ ਤੁਹਾਨੂੰ ਪਤਾ ਜਿਵੇਂ ਕਿ ਤੁਹਾਡੇ ਭਰਾ ਨੂੰ ਖੁਸ਼ੀ ਮਿਲਦੀ ਹੈ, ਤਾਂ ਵੀ ਇਹਨਾਂ ਨੂੰ ਖੁਸ਼ੀ ਮਿਲਦੀ ਹੁਣ ਠੰਡੇ ਠੰਡੇ ਪਾਣੀ 'ਚ ਨਹਾਉਂਦੇ ਹੋਣੇ ਸਵੇਰੇ ਸਵੇਰੇ, ਨਹੀਂ ਆਪਾਂ ਵੀ ਨਹਾਉਂਦੇ ਹਾਂ ਬਈ, ਅਤੇ ਇਹ ਵੀ ਕਾਫੀ ਦਿਨਾਂ ਬਾਅਦ ਨਹਾ ਰਹੇ ਨੇਗੇ। ਅਤੇ ਚਲੋ ਕੋਈ ਗੱਲ ਨਹੀਂ ਬਾਈ, ਤਾਂ ਨਹਾ ਲੈਣ ਦੇ ਇਹਨਾਂ ਨੂੰ ਵੀ, ਅਤੇ ਹੁਣ ਆਪਾਂ ਨਾ ਹੁਣ ਇਹਨਾਂ ਨੂੰ ਡਿਸਟਰਬ ਨਹੀਂ ਕਰਦੇ ਹਾਲੇ, ਆਪਾਂ ਹਾਲੇ 10 ਮਿੰਟ ਰੁਕੀ ਜਾਵਾਂਗੇ, ਕਿਉਂਕਿ ਇਹਨਾਂ ਨੂੰ ਨਹਾਉਣ ਨੂੰ ਲੈਣ ਦਿਉ, ਫਿਰ ਆਪਾਂ ਇਹਨੂੰ ਅੰਦਰ ਕਰਦਾਂਗੇ ਕੱਟੇ ਦੇ। ਪਤਾ ਕੀ ਹੈ ਗੱਲ, ਜੇ ਆਪਾਂ ਨੇ ਹੁਣ ਇਹਨੂੰ ਅੰਦਰ ਕਰਤਾ ਫਿਰ ਵਿਚਾਰੇ ਖਬਰ ਆ ਕੀ ਕਰਨਗੇ ਕੀ ਨਹੀਂ, ਅਤੇ ਫਿਰ ਨਹਾਉਣ ਨਾ ਨਹਾਉਣ, ਚਲ ਨਹਾ ਲੈਣ ਦਿਉ ਬਈ ਮਿੱਤਰ ਇਹਨਾਂ ਨੂੰ। ਅਤੇ ਇਕੱਲੇ ਇਕੱਲੇ ਜਦੋਂ ਨਹਾ ਲਿਆ ਮਿੱਤਰੋ, ਅਤੇ ਫਿਰ ਆਪਾਂ ਇਹਨੂੰ ਕੁੱਡੇ ਦੇ ਅੰਦਰ ਕਰਦਾਂਗੇ। ਅਤੇ ਚਲੋ ਮਿੱਤਰੋ ਕੋਈ ਗੱਲ ਨਹੀਂ, ਅਤੇ ਬਾਕੀ ਹੁਣ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਸਾਫ਼ ਸਫਾਈ ਆ ਛੱਤ ਦਾ।
ਉਤਰ ਗਏ ਆਪਣੇ ਨਹਾਉਣ ਨੂੰ ਅਤੇ ਚਲੋ ਉਹਨੂੰ ਕੋਈ ਅੰਦਰ ਨਹਾ ਲਏ ਅਤੇ ਚਲੋ ਮਿੱਤਰੋ ਵਾੜਦੇ ਹਨ ਅੰਦਰ ਚਲੋ ਏ ਚੱਲ ਫਿਰ ਕੀ ਹੋ ਗਿਆ ਤੈਨੂੰ ਖੁੱਡੇ 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 ਮਿੱਤਰੋ ਛੱਤ ਦੀ ਘਰ ਦੀ ਸਾਫ਼ ਸਫਾਈ ਅਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਮਿੱਤਰੋ ਅਤੇ ਕਰਦੀ ਹੁਣ ਆਪਾਂ ਜਾਦੂ ਅਤੇ ਉਹਨੂੰ ਚੱਕਾਂਗੇ ਮਿੱਤਰੋ ਦੇਖੋ ਮਿੱਤਰੋ ਛੱਤ ਵਗੈਰਾ ਹੋ ਗਈ ਕਲੀਨ ਮਿੱਤਰੋ ਸਭ ਕੁਛ ਓਕੇ ਦੀ ਰਿਪੋਰਟ ਅਤੇ ਸਭ ਕੁਛ ਮਿੱਤਰੋ ਹੋ ਗਿਆ ਓਕੇ ਅਤੇ ਕਲੀਨ ਹੋ ਗਈ ਛੱਤ ਸਾਰੀ ਅਤੇ ਤੁਹਾਡਾ ਭਰਾ ਵੀ ਗਰਮੀ ਕਰ ਬਈ ਗਰਮੀ ਬਹੁਤ ਜ਼ਿਆਦਾ ਹੋ ਗਈ ਅਤੇ ਬਈ ਤੁਹਾਡੇ ਭਰਾ ਨੇ ਕਿਵੇਂ ਲੈ ਕੇ ਗਰਮੀ ਦੇ ਵਿੱਚ ਅਤੇ ਬਈ ਕਲੀਨ ਕਰ ਸਕ ਉੱਠਾ ਅਤੇ ਆਪਣਾ ਖੁੱਡਾ ਵੀ ਸਾਫ਼ ਹੋ ਗਿਆ ਅੱਜ ਅਤੇ ਬਈ ਆਪਣੇ ਤਿੰਨ ਕਬੂਤਰ ਵੀ ਉੱਪਰ ਉੱਡ ਰਹੇ ਨੇਗੇ ਅਤੇ ਆਪਾਂ ਉਹਨਾਂ ਨੂੰ ਲਈਏ ਤਾਰ ਪਹਿਲਾਂ ਅਤੇ ਚਲੋ ਮਿੱਤਰ ਪਹਿਲਾਂ ਆਪਣੇ ਕਬੂਤਰ ਵੀ ਕਰੇ ਖੋਲ ਦਈਏ ਅਤੇ ਦਾਣੇ ਵਗੈਰਾ ਪਾ ਦਈਏ ਉਹਨਾਂ ਨੂੰ ਓਏ ਅਤੇ ਆ ਗਈ ਮਿੱਤਰ ਸਾਰੇ ਕਬੂਤਰ ਕਬਾਤਰ ਆਪਣੇ ਅਤੇ ਚੱਕੋ ਮਿੱਤਰ ਕਬੂਤਰ ਕਬਾਤਰ ਆਪਣੇ ਸਾਰੇ ਬਾਹਰ ਆ ਗਏ ਬਈ ਅਤੇ ਹੁਣ ਨਾ ਲੈਣਗੇ ਅਤੇ ਆਪਣੇ ਕਬੂਤਰ ਵਗੈਰਾ ਵੀ ਆ ਗਏ ਸਾਰੇ ਅਤੇ ਆ ਬੈਠ ਗਏ ਹਾਂਜੀ ਮਿੱਤਰੋ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਣੇ ਲਵੇ ਜਿਹੜੇ ਵੀ ਜਿਹੜੇ ਪੱਠੇ ਸੀ ਅਤੇ ਆਪਾਂ ਵੀ ਸਾਰੇ ਪੱਠੇ ਆਪਣੀ ਛੱਤਰੀ ਦੇ ਉੱਪਰ ਲਗਾਤੇ ਨੇ ਅਤੇ ਜਿੱਦੇ ਜਿੱਦੇ ਛੋਟੇ ਪੱਠੇ ਵੀ ਆਪਾਂ ਨੇ ਛੱਤਰੀ ਉੱਪਰ ਲਾਤੇ ਮਿੱਤਰੋ ਅਤੇ ਜਾਲ ਦੇ ਵਿੱਚ ਬੈਠਣੇ ਬਈ ਤੁਹਾਨੂੰ ਮੈਂ ਦਿਖਾਉਣਾ ਅਤੇ ਆਹ ਦੇਖ ਲਓ ਜਾਲ ਦੇ ਵਿੱਚ ਬੈਠਣੇ ਸਾਰੇ ਕਬੂਤਰ ਅਤੇ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਬਈ ਤਾਂ ਵੱਡੇ ਕਬੂਤਰ ਹੀ ਆਪਣੀ ਜਾਲ ਛਾਤਰੀ ਦੇ ਉੱਪਰ ਲੱਗ ਚੁੱਕੇ ਨੇ ਅਤੇ ਛਾਤਰੀ ਦੇ ਉੱਪਰ ਲੱਗਣ 'ਚ ਵੀ ਨਾ ਲੱਗਣ ਵੱਡਿਆਂ ਦਾ ਕੋਈ ਚੱਕਰ ਹੈ ਨਹੀਂ ਅਤੇ ਆਪਾਂ ਨੇ ਵੀ ਛੋਟੇ ਜਿਹੇ ਲਾਉਣੇ ਤੇਗੇ ਅਤੇ ਬਈ ਉਹ ਲੱਗ ਚੁੱਕੇ ਹੋਣਗੇ ਅਤੇ ਬਈ ਮਿੱਤਰੋ ਅੱਜ ਦੀ ਵੀਡੀਓ 'ਚ ਇੰਨਾ ਕਿ ਅਤੇ ਮਿਲਦਾ ਕਿਸੇ ਨੈਕਸਟ ਵੀਡੀਓ 'ਚ ਵੀਡੀਓ ਬਦਲੇ ਜਾਂ ਇੰਸਟਾਗ੍ਰਾਮ 'ਤੇ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਨਵੀਂ ਵੀਡੀਓ ਦੇਖਣ ਵਾਸਤੇ ਮਿੱਤਰੋ ਬੈਲ ਆਈਕਨ ਨੂੰ ਆਲ ਸੈੱਟ ਜ਼ਰੂਰ ਕਰਕੇ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੋ ਆਪਾਂ ਲੇਟਸਟ ਵੀਡੀਓ ਅਪਲੋਡ ਕਰਦੇ ਹਾਂ ਅਤੇ ਅੱਜ ਦੀ ਵੀਡੀਓ 'ਚ ਮਿੱਤਰੋ ਇੰਨਾ ਕਿ ਅਤੇ ਮਿਲਦਾ ਕਿਸੇ ਨੈਕਸਟ ਵੀਡੀਓ 'ਚ